ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਕਈ ਆ ਕਈ ਜੰਦੇ ਨੇ ਵੀ ਵੀਡੀਓ ਜਿਹੜੀ ਪੁਲਿਸ ਨੇ ਬਣਵਾਈ ਹੈ ਭਾਈ ਸਾਹਿਬ ਜਿਹੜੇ ਨੇ ਇਹਦਾ ਬੋਲਦੇ ਨਹੀਂ ਪਹਿਲੀ ਗੱਲ ਤੇ ਇਹ ਜਦੋਂ ਕੈਮਰੇ ਦੇ ਸਾਹਮਣੇ ਨਾ ਮੈਂ ਆਪ ਵੀਡੀਓ ਬਣਾਉਂਦਾ ਪਹਿਲਾਂ ਨਹੀਂ ਬਣਾਉਂਦਾ ਰਿਹਾ ਮੈਨੂੰ ਇਹ ਯਾਦ ਤੇ ਜੀ ਨਹੀਂ ਹੈਗੀ ਵੀ ਕੈਮਰਾ ਲੈ ਕੇ ਜੇ ਵੀਡੀਓ ਬਣਾਉਣ ਦੀ ਤੇ ਉਹ ਮੇਰੀ ਹਾਲਤ ਨਹੀਂ ਬਣੀ ਕਦੇ ਵੀ ਸੋ ਦੂਜੀ ਗੱਲ ਇਹ ਸੇ ਥੋੜੀ ਜੀ ਉਸ ਦਿਨ ਵੈਸੇ ਢਿੱਲੀ ਸੀ ਤੇ ਇਹ ਸੰਗਤਾਂ ਤੱਕ ਮੈਸੇਜ ਮੇਰਾ ਪਹੁੰਚਾਓ ਕਿ ਇਦਾਂ ਦੀ ਕੋਈ ਗੱਲ ਨਹੀਂ ਜੀ ਮੈਂ ਚੜ੍ਹਦੀ ਕਲਾ 'ਚ ਆ। ਨਾ ਮੈਂ ਕੋਈ ਐਫਜੀ ਮੰਗ ਰੱਖੀ ਆ ਜਿਹੜੀ ਕੋਈ ਚਵਲ ਮਰੀ ਜਾਂਦੇ ਆ ਨਾ ਕਈ ਵੀ ਜੀ ਮੈਨੂੰ ਫੜਿਓ ਤੇ ਮੈਨੂੰ ਕੁੱਟਿਓ ਨਾ ਇਹ ਜੋ ਗੱਲ ਹੀ ਕਹਿਣਾ ਨਹੀਂ ਕੀਤੀ ਮੈਂ। ਮੈਂ ਜਿਹੜੀ ਗ੍ਰਫਤਾਰੀ ਦੇਣ ਨਾਲ ਬਾਰੇ ਗੱਲ ਕੋਈ ਹੋਈ ਨਹੀਂ ਅਰੇ ਕਿਸੇ ਨਾਲ। ਨਾ ਕੋਈ ਸ਼ਰਤ ਰੱਖੀ। ਸੋ ਇਹ ਕਈ ਜਿਹੜੇ ਬੇਵਕੂਫ ਜਿਹਾਂ ਮਾਰ ਰਹੇ ਆ ਇਪੇ ਉਹਨੇ ਆ ਮੰਗ ਰਖਤੀ ਉਹ ਮੰਗ ਕੋਈ ਮੰਗ ਮੈਂ ਸਰਕਾਰ ਘੜੀ ਨਹੀਂ ਰੱਖੀ ਮੈਂ ਜਥੇਦਾਰ ਸਾਹਿਬ ਨੂੰ ਕਿਹਾ ਵੀ ਸਰਬੱਤ ਖਾਲਸਾ ਸਦੋ ਸਰਬੱਤ ਖਾਲਸਾ ਸਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ ਜੇ ਆਪਾਂ ਅੱਜ ਵੀ ਸਿਆਸਤ ਕਰਨੀ ਹੈ ਅੱਜ ਵੀ ਆਪਾਂ ਉਹੇ ਕੰਮ ਕਰਨੇ ਜਿਹੜੇ ਪਹਿਲਾਂ ਕਰਦੇ ਰਹੇ ਆ ਤੇ ਫਿਰ ਆਪਾਂ ਭੇਖ ਦੇ ਵਿੱਚ ਜਥੇਦਾਰੀ ਕਰਕੇ ਕੀ ਕਰਨਾ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਸਮਾਂ ਹੈ ਜਿੱਥੇ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਮੈਂ ਸਾਰੀਆਂ ਧਿਰਾਂ ਨੂੰ ਕਹਿਣਾ ਵੀ ਇਕਜੁੱਟ ਹੋਵੋ ਤੇ ਆਪਣੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਕਿ ਅੱਜ ਜ਼ੁਲਮ ਸਰਕਾਰ ਕਰ ਰਹੀ ਹੈ ਕਿਸੇ ਤੇ ਵੀ ਕੱਲ ਨੂੰ ਕਿਹ ਹੋਰ ਦੀ ਵਾਰੀ ਆ ਸਕਦੀ ਹੈ ਤੇ ਬਾਕੀ ਮੈਂ ਨਹੀਂ ਘਪਰਾਉਂਦਾ ਨਾ ਜੇਲ੍ਹ ਜਾਣ ਤੋਂ ਘਪਰਾਉਣਾ ਨਾ ਕਿਤੇ ਪੁਲਿਸ ਦੀ ਕਸਟਡੀ ਤੌਰ ਤੇ ਘਪਰਾਉਣਾ ਕੋਈ ਨਹੀਂ ਕਰ ਲੈਣ ਜੋ ਕਿਸੇ ਕਰਨਾ ਸੋ ਇਹ ਮੈਸੇਜ ਸੰਤਨ ਦਾ ਕਿ ਜ਼ਰੂਰ ਪਹੁੰਚਾਓ ਉਹ ਪਤਾ ਕੀ ਹੁੰਦਾ ਵਾ ਲੋਕਾਂ ਨੂੰ ਲੱਗਣ ਲੱਗ ਪੈਂਦਾ ਪਤਾ ਨਹੀਂ ਕਿੰਨੇ ਬਣਵਾਈਆਂ ਕਨਸਪੀਰੇਸੀ ਹੈ ਜੀ ਕੋਈ ਕਨਸਪੀਰੇਸੀ ਨਹੀਂ ਹੈਗੀ ਇਹ ਗੱਲ ਜਦੋਂ ਤੈਨੂੰ ਪਤਾ ਹੋਵੇ ਵਿਕੜੇ ਪੈਂਡੇ ਤੇ ਹੋਈ ਹੈ ਨਾ ਤੇ ਹੋ ਜੇ ਸੰਸਾਧਨ ਹੁੰਦੇ ਨੇ ਨਾ ਹੋ ਜੇ ਫੋਨ ਹੁੰਦੇ ਨੇ ਜਿਵੇਂ ਪਹਿਲੇ ਹੁੰਦੇ ਸੀ ਵੱਡੇ ਨਾ ਮੈਕ ਲੱਗੇ ਹੁੰਦੇ ਨੇ ਨਾਲ ਵੀ ਆਪਣੀ ਆਵਾਜ਼ ਕ ਤੇ ਇਦਾਂ ਕਰਕੇ ਤਾਂ ਕਰਕੇ ਜਿਹੜਾ ਲੱਗਦਾ ਹੈ ਬਾਕੀ ਸੇਹ ਥੋੜੀ ਜਿਹੀ ਅੱਗੇ ਨੂੰ ਵੀ ਗਿਜਰੂਰ ਹੋਈ ਹੈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਅੱਠ ਕਰ ਬਾਹਰ ਹੀ ਇੱਕ ਪ੍ਰਸ਼ਾਦਾ ਜਿਹੜਾ ਇੱਕਦੋ ਸ਼ਕੀਦਾ ਬਾਅਦ ਤੇ ਉਦਾਂ ਫਿਰ ਨਹੀਂ ਦੇਣੇ ਫਿਰ ਸਾਰਾ ਕੁਝ ਨਹੀਂ ਸ਼ਕੀਦਾ ਸੋ ਇਸ ਕਰਕੇ ਇਹ ਸੰਗਤ ਨੂੰ ਮੈਸੇਜ ਜ਼ਰੂਰ ਦਿਓ ਉਹਨਾਂ ਨੂੰ ਕਹੋ ਵੀ ਹਰ ਗੱਲ 'ਚ ਦੁਬਦਾਨੀ ਮੰਨਣੀ ਜਿਹੜੀ ਆ ਨਾ ਸਤਿਗੁਰ ਸੱਚੇ ਭਾਸ਼ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੀ ਆਪਾਂ ਚੜ੍ਹਦੀ ਕਲਾ 'ਚ ਸੋ ਇਹ ਜਿਹੜਾ ਮੈਸੇਜ ਮੇਰੇ ਸੰਗਤ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी वाहेगुरु जी, जी का खालसा वाहेगुरु जी की फतेह एकते कई कई जंदे ने ਵੀ ਵੀਡੀਓ ਜਿਹੜੀ ਪੁਲਿਸ ਨੇ ਬਣਵਾਈਆਂ ਭਾਈ ਸਾਹਿਬ ਜਿਹੜੇ ਨੇ ਇਹਦਾ ਬੋਲਦੇ ਨਹੀਂ ਪਹਿਲੀ ਗੱਲ ਤੇ ਹੈ ਜਦੋਂ ਕੈਮਰੇ ਦੇ ਸਾਹਮਣੇ ਨਾ ਮੈਂ ਆਪ ਵੀਡੀਓ ਬਣਾਉਂਦਾ ਪਹਿਲਾਂ ਨਹੀਂ ਬਣਾਉਂਦਾ ਰਿਹਾ ਮੈਨੂੰ ਇਹ ਆਦਤ ਜੀ ਨਹੀਂ ਹੈਗੀ ਵੀ ਕੈਮਰਾ ਦੇਖ ਕੇ ਜੇ ਵੀਡੀਓ ਬਣਾਉਣ ਦੀ ਤੇ ਉਹ ਮੇਰੀ ਆਦਤ ਨਹੀਂ ਬਣੀ ਕਦੇ ਵੀ ਸੋ ਦੂਜੀ ਗੱਲ ਹੈ ਸੇ ਥੋੜੀ ਜੀ ਉਸ ਦਿਨ ਵੈਸੇ ਢਿੱਲੀ ਸੀ ਤੇ ਇਹ ਸੰਗਤਾਂ ਤੱਕ ਮੈਸੇਜ ਮੇਰਾ ਪਹੁੰਚਾਓ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਚੜ੍ਹਦੀ ਕਲਾ 'ਚ ਆਂ ਨਾ ਮੈਂ ਕੋਈ ਇਹੋ ਜਿਹੀ ਮੰਗ ਰੱਖੀ ਆ ਜਿਹੜੀ ਕੋਈ ਚਬਲ ਮਰੀ ਜਾਂਦੇ ਆ ਨਾ ਕਈ ਵੀ ਜੀ ਮੈਨੂੰ ਫੜਿਓ ਤੇ ਮੈਨੂੰ ਕੁੱਟਿਓ ਨਾ ਇਹ ਜੋ ਗੱਲ ਹੀ ਕਹਿਣਾ ਨਹੀਂ ਕੀਤੀ ਮੈਂ ਮੈਂ ਜਿਹੜੀ ਗ੍ਰਫਤਾਰੀ ਦੇਣ ਨਾਲ ਬਾਰੇ ਗੱਲ ਕੋਈ ਹੋਈ ਨਹੀਂ ਅਜੇ ਕਿਸੇ ਨਾਲ ਨਾ ਕੋਈ ਸ਼ਰਤ ਰੱਖੀ ਸੋ ਇਹ ਕਈ ਜਿਹੜੇ ਬੇਵਕੂਫੀ ਜੰਗਾ ਮਾਰ ਰਹੇ ਆ ਵੀ ਭਈ ਉਹਨੇ ਆ ਮੰਗ ਰੱਖ ਦਿੱਤੀ ਆ ਉਹ ਮੰਗ ਕੋਈ ਮੰਗ ਮੈਂ ਸਰਕਾਰ ਘੜੀ ਨਹੀਂ ਰੱਖੀ ਮੈਂ ਜਥੇਦਾਰ ਸਾਹਿਬ ਨੂੰ ਕਹਾਂ ਵੀ ਸਰਬੱਤ ਖਾਲਸਾ ਸਦੋ ਸਰਬੱਤ ਖਾਲਸਾ ਸਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ ਜੇ ਆਪਾਂ ਅੱਜ ਵੀ ਸਿਆਸਤ ਕਰਨੀ ਹੈ ਅੱਜ ਵੀ ਆਪਾਂ ਉਹੇ ਕੰਮ ਕਰਨੇ ਜਿਹੜੇ ਪਹਿਲਾਂ ਕਰਦੇ ਰਹੇ ਆਂ ਤੇ ਫਿਰ ਆਪਾਂ ਭੇਖ ਦੇ ਵਿੱਚ ਜਥੇਦਾਰੀ ਕਰਕੇ ਕੀ ਕਰਨਾ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਅੱਜ ਸਮਾਂ ਹੈ ਜਿੱਥੇ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਮੈਂ ਸਾਰੀਆਂ ਧਿਰਾਂ ਨੂੰ ਕਹਿੰਦਾ ਬੇ ਇਕਜੁੱਟ ਹੋਵੋ ਤੇ ਆਪਣੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਜੇ ਅੱਜ ਜ਼ੁਲਮ ਸਰਕਾਰ ਕਰ ਰਹੀ ਹੈ ਕਿਸੇ ਤੇ ਵੀ ਕੱਲ ਨੂੰ ਕਿਹ ਹੋਰ ਦੀ ਵਾਰੀ ਆ ਸਕਦੀ ਹੈ ਤੇ ਬਾਕੀ ਮੈਂ ਇਹ ਨਹੀਂ ਘਪਰਾਉਂਦਾ ਨਾ ਡੀਲ ਜਾਣ ਤੱਕ ਭਰਉਣਾ ਨਾ ਕਿਤੇ ਪੁਲਿਸ ਦੀ ਕਸਟਡੀ ਟੋਰਚਰ ਤੇ ਭਰਉਣਾ ਕੋਈ ਨਹੀਂ ਕਰ ਲੈਣ ਜੋ ਕਿਸੇ ਕਰਨਾ ਸੋ ਇਹ ਮੈਸੇਜ ਸੰਤਨ ਦਾ ਕਿ ਜਰੂਰ ਪਚਾਓ ਉਹ ਪਤਾ ਕੀ ਹੁੰਦਾ ਵਾ ਲੋਕਾਂ ਨੂੰ ਲੱਗਣ ਲੱਗ ਪੈਂਦਾ ਪਤਾ ਨਹੀਂ ਕਿੰਨੇ ਬਣਵਾਈਆਂ ਕਨਸਪੀਰੇਸੀ ਹੈ ਜੀ ਕੋਈ ਕਨਸਪੀਰੇਸੀ ਨਹੀਂ ਹੈਗੀ ਇਹ ਗੱਲ ਜਦੋਂ ਤੈਨੂੰ ਪਤਾ ਹੋਵੇ ਵਿਕੜੇ ਪੈਂਡੇ ਤੇ ਹੋਈ ਹੈ ਨਾ ਤੇ ਹੁਜੇ ਸੰਸਾਧਨ ਹੁੰਦੇ ਨੇ ਨਾ ਉਹ ਹੁਜੇ ਫੋਨ ਹੁੰਦੇ ਨੇ ਜਿਵੇਂ ਪਹਿਲੇ ਹੁੰਦੇ ਸੀ ਵੱਡੇ ਨਾਮ ਮੈਕ ਲੱਗੇ ਹੁੰਦੇ ਨੇ ਨਾਲ ਵੀ ਆਪਣੀ ਆਵਾਜ਼ ਕਲੀਅਰ ਜਾਵੇ ਤੇ ਇਦਾਂ ਕਰਕੇ ਤਾਂ ਕਰਕੇ ਜਿਹੜਾ ਲੱਗਦਾ ਹੈ ਬਾਕੀ ਸੇਹ ਥੋੜੀ ਜੀ ਅੱਗੇ ਨੂੰ ਵੀਕ ਜਰੂਰ ਹੋਈ ਕਿਉਂਕਿ ਅੱਠ ਪਰਿਵਾਰੀ ਇੱਕ ਪਰਸ਼ਾਦਾ ਜਿਹੜਾ ਇੱਕ ਦੋ ਸ਼ਕੀਦਾ ਬਾਅਦ ਤੇ ਉਹਦਾ ਫਿਰ ਨਹੀਂ ਦੇਣੇ ਫਿਰ ਸਾਰਾ ਕੁਝ ਨਹੀਂ ਸ਼ਕੀਦਾ ਸੋ ਇਸ ਕਰਕੇ ਇਹ ਸੰਗਤ ਨੂੰ ਮੈਸੇਜ ਰੂਰ ਦਿਓ ਉਹਨਾਂ ਨੂੰ ਕਹੋ ਵੀ ਹਰ ਗੱਲ ਚ ਦੁਬਦਾ ਨਹੀਂ ਮੰਨਣੀ ਜਿਹੜੀ ਆ ਨਾ ਸਤਗੁਰ ਸੱਚੇ ਪਾਸ਼ੇ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੀ ਆਪਾਂ ਚੜ੍ਹਦੀ ਕਲਾ ਚ ਸੋ ਇਹ ਜਿਹੜਾ ਮੈਸੇਜ ਮੇਰੇ ਸੰਗਤ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਕਈ ਅ ਕਈ ਜੰਦੇ ਨੇ ਵੀ ਵੀਡੀਓ ਜਿਹੜੀ ਪੁਲਿਸ ਨੇ ਬਣਵਾਈਆਂ ਆ ਭਾਈ ਸਾਹਿਬ ਜਿਹੜੇ ਨੇ ਇਹਦਾ ਬੋਲਦੇ ਨਹੀਂ ਪਹਿਲੀ ਗੱਲ ਤੇ ਆ ਜਦੋਂ ਕੈਮਰੇ ਦੇ ਸਾਹਮਣੇ ਨਾ ਮੈਂ ਆਪ ਵੀਡੀਓ ਬਣਾਉਂਦਾ ਪਹਿਲਾਂ ਨਹੀਂ ਬਣਾਉਂਦਾ ਰਿਹਾ ਮੈਨੂੰ ਇਹ ਆਦਤ ਜੀ ਨਹੀਂ ਹੈਗੀ ਵੀ ਕੈਮਰਾ ਦੇਖ ਕੇ ਜੀ ਵੀਡੀਓ ਬਣਾਉਣ ਦੀ ਤੇ ਉਹ ਮੇਰੀ ਆਦਤ ਨਹੀਂ ਬਣੀ ਕਦੇ ਵੀ ਸੋ ਦੂਜੀ ਗੱਲ ਇਹ ਸੇ ਥੋੜੀ ਜੀ ਉਸ ਦਿਨ ਵੈਸੇ ਢਿੱਲੀ ਸੀ ਤੇ ਇਹ ਸੰਗਤਾਂ ਤੱਕ ਮੈਸੇਜ ਮੇਰਾ ਪਹੁੰਚਾਓ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਚੜ੍ਹਦੀ ਕਲਾ 'ਚ ਨਾ ਮੈਂ ਕੋਈ ਅਫੀਜੀ ਮੰਗ ਰੱਖੀ ਆ ਜਿਹੜੀ ਕੋਈ ਚਵਲ ਮਰੀ ਜਾਂਦੇ ਆ ਨਾ ਕਈ ਵੀ ਜੀ ਮੈਨੂੰ ਫੜਿਓ ਤੇ ਮੈਨੂੰ ਕੁੱਟਿਓ ਨਾ ਇਹ ਜੋ ਗੱਲ ਹੀ ਕਹਿਣਾ ਨਹੀਂ ਕੀਤੀ ਮੈਂ ਮੈਂ ਜਿਹੜੀ ਗ੍ਰਿਫਤਾਰੀ ਦੇਣ ਨਾਲ ਬਾਰੇ ਗੱਲ ਕੋਈ ਹੋਈ ਨਹੀਂ ਅਜੇ ਕਿਸੇ ਨਾਲ ਨਾ ਕੋਈ ਸ਼ਰਤ ਰੱਖੀ ਸੋ ਇਹ ਕਈ ਜਿਹੜੇ ਬੇਵਕੂਫ ਜੰਗਾ ਮਾਰ ਰਹੇ ਆ ਵੀ ਭਈ ਉਹਨੇ ਆ ਮੰਗ ਰੱਖ ਦਿੱਤੀ ਉਹ ਮੰਗ ਕੋਈ ਮੰਗ ਮੈਂ ਸਰਕਾਰ ਘੜੀ ਨਹੀਂ ਰੱਖੀ ਮੈਂ ਜਥੇਦਾਰ ਸਾਹਿਬ ਨੂੰ ਕਿਹਾ ਵੀ ਸਰਬੱਤ ਖਾਲਸਾ ਸਦੋ ਸਰਬੱਤ ਖਾਲਸਾ ਸਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ ਜੇ ਆਪਾਂ ਅੱਜ ਵੀ ਸਿਆਸਤ ਕਰਨੀ ਹੈ ਅੱਜ ਵੀ ਆਪਾਂ ਉਹੇ ਕੰਮ ਕਰਨੇ ਜਿਹੜੇ ਪਹਿਲਾਂ ਕਰਦੇ ਰਹੇ ਆਂ ਫਿਰ ਆਪਾਂ ਭੇਖਦੇ ਵਿੱਚ ਜਸੇਦਾਰੀ ਕਰਕੇ ਕੀ ਕਰਨਾ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਸਮਾਂ ਹੈ ਜਿੱਥੇ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਮੈਂ ਸਾਰੀਆਂ ਧਿਰਾਂ ਨੂੰ ਕਹਿਣਾ ਵੇ ਇਕਜੁੱਟ ਹੋਵੋ ਤੇ ਆਪਣੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਕਿ ਅੱਜ ਜ਼ੁਲਮ ਸਰਕਾਰ ਕਰ ਰਹੀ ਹੈ ਕਿਸੇ ਤੇ ਵੀ ਕੱਲ ਨੂੰ ਕਿਹ ਹੋਰ ਦੀ ਵਾਰੀ ਆ ਸਕਦੀ ਹੈ ਤੇ ਬਾਕੀ ਮੈਂ ਇਹ ਨਹੀਂ ਘਰੌਂਦਾ ਨਾ ਜੇਲ੍ਹ ਜਾਣ ਤੋਂ ਘਰੌਂਦਾ ਨਾ ਕਿਤੇ ਪੁਲਿਸ ਦੀ ਕਸਟਡੀ ਤੌਰ ਤੇ ਘਰੌਂਦਾ ਨਾ ਕੋਈ ਨਹੀਂ ਕਰ ਲੈਣ ਜੋ ਕੁਝ ਤੇ ਕਰਨਾ ਸੋ ਇਹ ਮੈਸੇਜ ਸੰਤਾਂ ਦਾ ਕਿ ਜਰੂਰ ਪਹੁੰਚਾਓ ਉਹ ਪਤਾ ਕੀ ਹੁੰਦਾ ਵਾ ਲੋਕਾਂ ਨੂੰ ਲੱਗਣ ਲੱਗ ਪੈਂਦਾ ਪਤਾ ਨਹੀਂ ਕਿੰਨੇ ਬਣਵਾਈਆਂ ਕਾਂਸਪ ਕੋਈ ਕਾਂਸਪੀਰੇਸੀ ਨਹੀਂ ਹੈਗੀ ਇਹ ਗੱਲ ਜਦੋਂ ਤੈਨੂੰ ਪਤਾ ਹੋਵੇ ਵਿਕੜੇ ਪੈਣ ਦੇ ਤੇ ਹੋਈ ਹੈ ਨਾ ਤੇ ਹੁਜੇ ਸੰਸਾਧਨ ਹੁੰਦੇ ਨੇ ਨਾ ਹੋਜੇ ਫੋਨ ਹੁੰਦੇ ਨੇ ਜਿਵੇਂ ਪਹਿਲੇ ਹੁੰਦੇ ਸੀ ਵੱਡੇ ਨਾਮ ਮੈਕ ਲੱਗੇ ਹੁੰਦੇ ਨੇ ਨਾਲ ਵੀ ਆਪਣੀ ਆਵਾਜ਼ ਕਲੀਅਰ ਜਾਵੇ ਤੇ ਇਦਾਂ ਕਰਕੇ ਤਾਂ ਕਰਕੇ ਜਿਹੜਾ ਲੱਗਦਾ ਹੈ ਬਾਕੀ ਸਿਹਤ ਥੋੜੀ ਜਿਹੀ ਅੱਗੇ ਨੂੰ ਵੀਕ ਜ਼ਰੂਰ ਹੋਈ ਹੈ ਇਹਦੇ 'ਚ ਕੋਈ ਸ਼ੱਕੀ ਵਾਲੀ ਗੱਲ ਨਹੀਂ ਕਿਉਂਕਿ ਅੱਠ ਪਰ ਬਾਹਰ ਹੀ ਇੱਕ ਪ੍ਰਸ਼ਾਦਾ ਜਿਹੜਾ ਇੱਕਦੋ ਸ਼ਕੀਦਾ ਬਾਅਦ ਤੇ ਉਹਦਾ ਫਿਰ ਨਹੀਂ ਦੇਣੇ ਫਿਰ ਸਾਰਾ ਕੁਝ ਨਹੀਂ ਸ਼ਕੀਦਾ ਸੋ ਇਸ ਕਰਕੇ ਇਹ ਸੰਗਤ ਨੂੰ ਮੈਸੇਜ ਜ਼ਰੂਰ ਦਿਓ ਉਹਨਾਂ ਨੂੰ ਕਹੋ ਵੀ ਹਰ ਗੱਲ 'ਚ ਦ ਜਿਹੜੀ ਆ ਨਾ ਸਤਗੁਰ ਸੱਚੇ ਪਾਸ਼ੇ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੀ ਆਪਾਂ ਚੜ੍ਹਦੀ ਕਲਾ 'ਚ ਸੋ ਇਹ ਜਿਹੜਾ ਮੈਸੇਜ ਮੇਰੇ ਸੰਬੰਧਿਤ ਤੱਕ ਪਹੁੰਚਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਤੇ ਕਈ ਆ ਕਈ ਜਾਂਦੇ ਨੇ ਵੀ ਵੀਡੀਓ ਜਿਹੜੀ ਪੁਲਿਸ ਨੇ ਬਣਵਾਈਆਂ ਆ ਭਾਈ ਸਾਹਿਬ ਜਿਹੜੇ ਨੇ ਇਹਦਾ ਬੋਲਦੇ ਨਹੀਂ ਪਹਿਲੀ ਗੱਲ ਤੇ ਇਹ ਜਦੋਂ ਕੈਮਰੇ ਦੇ ਸਾਹਮਣੇ ਨਾ ਮੈਂ ਆਪ ਵੀਡੀਓ ਬਣਾਉਂਦਾ ਪਹਿਲਾਂ ਵੀ ਬਣਾਉਂਦ ਰਿਹਾ ਮੈਨੂੰ ਇਹ ਯਾਦ ਤੇ ਜੀ ਨਹੀਂ ਹੈਗੀ ਵੀ ਕੈਮਰੇ ਲੇ ਕੇ ਜੇ ਵੀਡੀਓ ਬਣਾਉਣ ਦੀ ਉਹ ਮੇਰੀ ਹਾਲਤ ਨਹੀਂ ਬਣੀ ਕਦੇ ਵੀ ਸੋ ਦੂਜੀ ਗੱਲ ਹੈ ਸੇ ਥੋੜੀ ਜੀ ਉਸ ਦਿਨ ਵੈਸੇ ਢਿੱਲੀ ਸੀ ਤੇ ਇਹ ਸੰਗਤਾਂ ਤੱਕ ਮੈਸੇਜ ਮੇਰਾ ਪਹੁੰਚਾਓ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਚੜ੍ਹਦੀ ਕਲਾ 'ਚ ਨਾ ਮੈਂ ਕੋਈ ਇਹੋ ਜੀ ਮੰਗ ਰੱਖੀ ਆ ਜਿਹੜੀ ਕੋਈ ਚਵਲ ਮਰੀ ਜਾਂਦੇ ਆ ਨਾ ਕਈ ਵੀ ਜੀ ਮੈਨੂੰ ਫੜਿਓ ਤੇ ਮੈਨੂੰ ਕੁੱਟਿਓ ਨਾ ਇਹੋ ਗੱਲ ਹੀ ਕਹਿਣਾ ਨਹੀਂ ਕੀਤੀ ਮੈਂ ਮੈਂ ਜਿਹੜੀ ਗ੍ਰਿਫਤਾਰੀ ਦੇਣ ਨਾਲ ਬਾਰੇ ਗੱਲ ਕੋਈ ਹੋਈ ਨਹੀਂ ਅਜੇ ਕਿਸੇ ਨਾਲ ਨਾ ਕੋਈ ਸ਼ਰਤ ਰੱਖੀ ਸੋ ਇਹ ਕਈ ਜਿਹੜੇ ਬੇਵਕੂਫ ਜਿਹਾਂ ਮਾਰ ਰਹੇ ਆ ਵੀ ਭਈ ਉਹਨੇ ਆ ਮੰਗ ਰੱਖ ਦਿੱਤੀ ਆ ਉਹ ਮੰਗ ਕੋਈ ਮੰਗ ਮੈਂ ਸਰਕਾਰ ਘੜੀ ਨਹੀਂ ਰੱਖੀ ਮੈਂ ਜਥੇਦਾਰ ਸਾਹਿਬ ਨੂੰ ਕਿਹਾ ਵੀ ਸਰਬੱਤ ਖਾਲਸਾ ਸਦੋ ਸਰਬੱਤ ਖਾਲਸਾ ਸਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ ਜੇ ਆਪਾਂ ਅੱਜ ਵੀ ਸਿਆਸਤ ਕਰਨੀ ਹੈ ਅੱਜ ਵੀ ਆਪਾਂ ਉਹੇ ਕੰਮ ਕਰਨੇ ਜਿਹੜੇ ਪਹਿਲਾਂ ਕਰਦੇ ਰਹੇ ਆ ਤੇ ਫਿਰ ਆਪਾਂ ਭੇਖ ਦੇ ਵਿੱਚ ਜਥੇਦਾਰੀ ਕਰਕੇ ਕੀ ਕਰਨਾ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਸਮਾਂ ਹੈ ਜਿੱਥੇ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਮੈਂ ਸਾਰੀਆਂ ਧਿਰਾਂ ਨੂੰ ਕਹਿਣਾ ਵੀ ਇਕਜੁੱਟ ਹੋਵੋ ਤੇ ਆਪਣੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਕਿ ਅੱਜ ਜ਼ੁਲਮ ਸਰਕਾਰ ਕਰ ਰਹੀ ਹੈ ਕਿਸੇ ਤੇ ਵੀ ਕੱਲ ਨੂੰ ਕਿਹ ਹੋਰ ਦੀ ਵਾਰੀ ਆ ਸਕਦੀ ਹੈ ਤੇ ਬਾਕੀ ਮੈਂ ਇਹ ਨਹੀਂ ਘਪਰਾਉਂਦਾ ਨਾ डील ਜਾਣ ਤੱਕ ਬਰਉਣਾ ਨਾ ਕਿਤੇ ਪੁਲਿਸ ਦੀ ਕਸਟਡੀ ਟੋਰਚਰ ਤੱਕ ਬਰਉਣਾ ਕੋਈ ਨਹੀਂ ਕਰ ਰਣ ਜੋ ਕੁਝ ਇਹ ਕਰਨਾ ਸੋ ਇਹ ਮੈਸੇਜ ਸੰਤਾਂ ਦਾ ਕਿ ਜਰੂਰ ਪਚਾਓ ਉਹ ਪਤਾ ਕੀ ਹੁੰਦਾ ਵਾ ਲੋਕਾਂ ਨੂੰ ਲੱਗਣ ਲੱਗ ਪੈਂਦਾ ਪਤਾ ਨਹੀਂ ਕਿੰਨੇ ਬਣਵਾਈਆਂ ਕਾਂਸਪੀਰੀ ਸੀ ਜੀ ਕੋਈ ਕਾਂਸਪੀਰੀ ਨਹੀਂ ਹੈਗੀ ਇਹ ਗੱਲ ਜਦੋਂ ਤੈਨੂੰ ਪਤਾ ਹੋਵੇ ਵਿਕੜੇ ਪੈਣ ਦੇ ਤੇ ਹੋਈ ਹੈ ਨਾ ਤੇ ਹੁਜੇ ਸੰਸਾਧਨ ਹੁੰਦੇ ਨੇ ਨਾ ਉਹ ਹੁਜੇ ਫੋਨ ਹੁੰਦੇ ਨੇ ਜਿਵੇਂ ਪਹਿਲੇ ਹੁੰਦੇ ਸੀ ਵੱਡੇ ਨਾ ਮੈਕ ਲੱਗੇ ਹੁੰਦੇ ਨੇ ਨਾਲ ਵੀ ਆਪਣੀ ਆਵਾਜ਼ ਕਲੀਅਰ ਜਾਵੇ ਤੇ ਇਦਾਂ ਕਰਕੇ ਤਾਂ ਕਰਕੇ ਜਿਹੜਾ ਲੱਗਦਾ ਹੈ ਬਾਕੀ ਸੇਹ ਥੋੜੀ ਜੀ ਅੱਗੇ ਨੂੰ ਵੀ ਗਿਜਰੂਰ ਹੋਈ ਕਿਉਂਕਿ ਅੱਠ ਪਰ ਵਾਰੀ ਇੱਕ ਪਰਸ਼ਾਦਾ ਜਿਹੜਾ ਇੱਕ ਦੋ ਸ਼ਕੀਦਾ ਬਾਅਦ ਤੇ ਉਹਦਾ ਫਿਰ ਨਹੀਂ ਦੇਣੇ ਫਿਰ ਸਾਰਾ ਕੁਝ ਨਹੀਂ ਸ਼ਕੀਦਾ ਸੋ ਇਸ ਕਰਕੇ ਇਹ ਸੰਗਤ ਨੂੰ ਮੈਸੇਜ ਰੂਪ ਦਿਓ ਉਹਨਾਂ ਨੂੰ ਕਹੋ ਵੀ ਹਰ ਗੱਲ ਚ ਦੁਬਿਧਾ ਨਹੀਂ ਮੰਨਣੀ ਜਿਹੜੀ ਆ ਨਾ ਸਤਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੀ ਆਪਾਂ ਚੜ੍ਹਦੀ ਕਲਾ ਚ ਸੋ ਇਹ ਜਿਹੜਾ ਮੈਸੇਜ ਮੇਰੇ ਸੰਗਤ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ